ਪਰਮੇਸ਼ਣ ਨੇ ਸ਼ੁਰੂਆਤ ਦੇ ਵਿੱਚ ਮਤਲਬ ਆਦ ਵਿੱਚ ਪਰਮੇਸ਼ਣ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਧਰਤੀ ਬਡੋਲ ਤੇ ਸੁੰਨੇ ਸੀ ਅਤੇ ਡੁੰਗਿਆਈਆਂ ਉੱਤੇ ਹਨੇਰਾ ਸੀ ਕੀ ਸੀ ਹਨੇਰਾ ਸੀ ਚਾਰੇ ਪਾਸੇ ਹਨੇਰਾ ਸੀ ਡੁੰਗਿਆਈਆਂ ਦੇ ਵਿੱਚ ਹਨੇਰਾ ਸੀ ਤੇ ਧਰਤੀ ਕੀ ਸੀ ਬਡੋਲ ਤੇ ਸੁੰਨੇ ਸੀ ਅਤੇ ਪਰਮੇਸ਼ਣ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀ ਪਰਮੇਸ਼ਣ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਹallelujah ਪਰਮੇਸ਼ਰ ਨੇ ਕੀ ਕਿਹਾ ਕਿ ਚਾਨਣ ਹੋ ਜਾਵੇ ਤੇ ਪ੍ਰਭੂ ਦੇ ਵਰਡ ਦੇ ਦੁਆਰਾ ਪਰਮੇਸ਼ਰ ਦੇ ਵਚਨ ਦੇ ਦੁਆਰਾ ਕੀ ਹੋਇਆ ਚਾਨਣ ਹੋ ਗਿਆ ਤਾਂ ਪਰਮੇਸ਼ਰ ਨੇ ਚਾਨਣ ਨੂੰ ਡਿੱਠਾ ਪਈ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਹallelujah ਕੀ ਲਿਖਿਆ ਪਰਮੇਸ਼ਰ ਨੇ ਕੀ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਆ ਤੈਨ ਆਇਤ ਵਿੱਚ ਕੀ ਪਰਮੇਸ਼ਰ ਨੇ ਆਖਿਆ ਕਿ ਚਾਨਣ ਹੋ ਜਾਵੇ ਤਾਂ ਕੀ ਹੋਇਆ ਚਾਨਣ ਹੋ ਗਿਆ ਤੇ ਪਰਮੇਸ਼ਰ ਨੇ ਦੇਖਿਆ ਕਿ ਇਹ ਚੰਗਾ ਆ ਚਾਨਣ ਕਿਹਦੇ ਵੱਲੋਂ ਹੁੰਦਾ ਆ ਪਰਮੇਸ਼ਵਰ ਦੇ ਵੱਲੋਂ ਪਰਮੇਸ਼ਰ ਨੂੰ ਹਨੇਰਾ ਪਸੰਦ ਨਹੀਂ ਇਦਾਂ ਹੀ ਇਨਸਾਨਾਂ ਨੂੰ ਵੀ ਹਨੇਰਾ ਜਿਹੜਾ ਆ ਪਸੰਦ ਨਹੀਂ ਬਚਨ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਕਿ ਆਖਿਆ ਕਿ ਚਾਨਣ ਹੋਵੇ ਤਾਂ ਪ੍ਰਭੂ ਦੇ ਵਰਡ ਦੇ ਦੁਆਰਾ ਚਾਨਣ ਹੋ ਗਿਆ ਹallelujah ਜਦ ਚਾਨਣ ਹੋ ਗਿਆ ਤਾਂ ਪਰਮੇਸ਼ਰ ਨੇ ਟਿੱਠਾ ਪਰਮੇਸ਼ਰ ਨੇ ਚਾਨਣ ਨੂੰ ਦੇਖਿਆ ਪਈ ਚਾਨਣ ਕੀ ਆ ਚੰਗਾ ਹੈ ਅਤੇ ਪਰਮੇਸ਼ਰ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਹallelujah ਪ੍ਰਭ ਯਿਸੂ ਮਸੀਹ ਕੀ ਆ ਜਗਤ ਦਾ ਚਾਨਣਾ ਅਸੀਂ ਕੀ ਆ ਜਗਤ ਦੇ ਚਾਨਣਾ ਜੇਕਰ ਜਗਤ ਜੇਕਰ ਪਰਮੇਸ਼ਰ ਦਾ ਚਾਨਣ ਸਾਡੇ ਜੀਵਨ ਦੇ ਵਿੱਚ ਆ ਤੇ ਹਨੇਰਾ ਕਦੇ ਵੀ ਠਹਿਰ ਨਹੀਂ ਸਕਦਾ ਅਸੀਂ ਅੱਜ ਆਪਣੇ ਜੀਵਨ ਦੇ ਵਿੱਚ ਦੇਖਣਾ ਹੈ ਕਿ ਪਰਮੇਸ਼ਰ ਦਾ ਚਾਨਣ ਸਾਡੇ ਜੀਵਨ ਦੇ ਵਿੱਚ ਹੈਗਾ ਆ ਕਿ ਅਸੀਂ ਹਨੇਰੇ ਵਿੱਚੋਂ ਕਿ ਅਸੀਂ ਹਨੇਰੀਆਂ ਚੀਜ਼ਾਂ ਦੇ ਵਿੱਚ ਤੁਰੇ ਫਿਰਦੇ ਆ ਕਿ ਅਸੀਂ ਸੰਸਾਰਿਕ ਬਲਾਸ਼ਾਵਾਂ ਦੇ ਵਿੱਚ ਜਿਹੜੇ ਆ ਚੱਲਦੇ ਫਿਰਦੇ ਆ ਤੇ ਅਸੀਂ ਦੇਖਣਾ ਕਿ ਚਾਨਣ ਸਾਡੇ ਜੀਵਨ ਦੇ ਵਿੱਚ ਹੈਗਾ ਕਿਉਂਕਿ ਪਰਮੇਸ਼ਵਰ ਨੂੰ ਖੰਨੇਰਾ ਵੀ ਚੰਗਾ ਲੱਗ ਸਕਦਾ ਸੀ ਪਰ ਵਚਨ ਦੇ ਵਿੱਚ ਕੀ ਲਿਖਿਆ ਕਹਿੰਦੇ ਪਰਮੇਸ਼ਰ ਨੇ ਆਖਿਆ ਕਿ ਚਾਨਣ ਹੋਵੇ ਪਰਮੇਸ਼ਰ ਦੇ ਵਰਡ ਦੇ ਵਿੱਚ ਕੀ ਆ ਪਾਵਰ ਆ ਜਦੋਂ ਪਰਮੇਸ਼ਰ ਤੇ ਆਤਮਾ ਇਕੱਠੇ ਹੁੰਦੇ ਆ ਤੇ ਨੰਮੀਆਂ ਚੀਜ਼ਾਂ ਬਣਦੀਆਂ ਸ਼ੁਰੂ ਹੁੰਦੀਆਂ ਤੇ ਲੀਸੀਆ ਹallelujah ਸਾਡੇ ਵਿਚਕਾਰ ਪਰਮੇਸ਼ਰ ਪਿਤਾ ਪੁੱਤਰ ਪਵਿੱਤਰ ਆਤਮਾ ਸਾਡੇ ਵਿਚਕਾਰ ਇਸੇ ਤਰ੍ਹਾਂ ਜੇ ਤੁਸੀਂ ਖੁਦਾ ਦੇ ਬਚਨ ਨੂੰ ਅੱਜ ਸੁਣ ਰਹੇ ਆ ਤੁਹਾਡੇ ਜੀਵਨ ਦੇ ਵਿੱਚ ਨੰਮੀਆਂ ਚੀਜ਼ਾਂ ਬਣਨੀਆਂ ਸਟਾਰਟ ਹੋ ਚੁੱਕੀਆਂ ਆ ਤੁਹਾਡੇ ਮੁਰਦਾ ਅੰਗ ਜੀ ਉੱਠਣਗੇ ਨੰਮੇ ਅੰਗ ਬਣਨੇ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਸ਼ੁਰੂ ਹੋ ਜਾਣਗੇ ਬਚਨ ਦੇ ਵਿੱਚ ਲਿਖਿਆ ਤਾਂ ਪਰਮੇਸ਼ਰ ਨੇ ਚਾਨਣ ਨੂੰ ਡਿੱਠਾ ਪਏ ਚੰਗਾ ਹੈ ਤੇ ਪਰਮੇਸ਼ਰ ਨੇ ਚਾਨਣ ਨੂੰ ਹਨੇਰੇ ਤੋਂ ਕੀ ਕੀਤਾ ਵੱਖਰਾ ਕੀਤਾ ਹallelujah ਸਾਨੂੰ ਵੀ ਅੱਜ ਹਨੇਰੇ ਤੋਂ ਵੱਖਰਾ ਹੋਣ ਦੀ ਜ਼ਰੂਰਤ ਆ ਹਨੇਰੇ ਦੇ ਕੰਮਾਂ ਤੋਂ ਅਲੱਗ ਹੋਣ ਦੀ ਜ਼ਰੂਰਤ ਆ ਪਰਮੇਸ਼ਰ ਨੂੰ ਹਨੇਰਾ ਪਸੰਦ ਨਹੀਂ ਪਰਮੇਸ਼ਰ ਨੂੰ ਚਾਨਣ ਪਸੰਦ ਆ ਹਰ ਇੱਕ ਘਰ ਦੇ ਵਿੱਚ ਕੀ ਆ ਲਾਈਟ ਆ ਅਸੀਂ ਲਾਈਟ ਨੂੰ ਪਸੰਦ ਕਰਦੇ ਆ ਰਾਤ ਨੂੰ ਜੇ ਮੀਂਹ ਹਨੇਰੀ ਆਉਂਦਾ ਤਾਂ ਲਾਈਟ ਚੱਲ ਜਾਂਦੀ ਹੈ ਤਾਂ ਜਿਨ੍ਹਾਂ ਦੇ ਘਰ ਦੇ ਵਿੱਚ ਇਨਵਰਟਰ ਨਹੀਂ ਹੈਗੇ ਤਾਂ ਕਿੱਦਾਂ ਲੱਗਦਾ ਆ ਹਨੇਰਾ ਕਿਸੇ ਨੂੰ ਵੀ ਪਸੰਦ ਨਹੀਂ ਹਨੇਰਾ ਕਿਹਦਾ ਸਿੰਬਲ ਆ ਡੈਵਲ ਦਾ ਸਿੰਬਲ ਆ ਸ਼ੈਤਾਨ ਦਾ ਸਿੰਬਲ ਆ ਲਿਖਿਆ ਆ ਤਾ ਪਰਮੇਸ਼ਰ ਨੇ ਚਾਨਣ ਨੂੰ ਡਿੱਟਾ ਭਈ ਚੰਗਾ ਹੈ ਅਤੇ ਪਰਮੇਸ਼ਰ ਨੇ ਚਾਨਣ ਨੂੰ ਅਸਤਾਨਨ ਨੂੰ ਹਨੇਰੇ ਤੋਂ ਕੀ ਕਰ ਦਿੱਤਾ ਵੱਖਰਾ ਕਰ ਦਿੱਤਾ ਇਸੇ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਤੇ ਤੁਹਾਨੂੰ ਹਨੇਰੇ ਕੰਮਾਂ ਤੋਂ ਕੀ ਕੀਤਾ ਆ ਵੱਖਰਾ ਕੀਤਾ ਆ ਅਲੱਗ ਕੀਤਾ ਆ ਸੰਸਾਰ ਦੇ ਮਰਦਾ ਕੰਮਾਂ ਤੋਂ ਕੀ ਕੀਤਾ ਆ ਅਲੱਗ ਕੀਤਾ ਆ ਹਾਲੇਲੂਇਆ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਰੋਸ਼ਨੀ ਚਾਹੁੰਦੇ ਆ ਕਿਉਂਕਿ ਉਹ ਖੁਦ ਕੀ ਆ ਲਾਈਟ ਆ ਖੁਦ ਕੀ ਆ ਚਾਨਣਾ ਖੁਦ ਕੀ ਆ ਰੋਸ਼ਨੀ ਆ ਹallelujah